ਸਤਿ ਸ਼੍ਰੀ ਅਕਾਲ ਦੋਸਤੋ, ਜੇਕਰ ਗੱਲ ਕਰੀਏ ਲੁਧਿਆਣੇ ਵਾਲੇ ਡਾਕਟਰ ਗੁਰਿੰਦਰ ਰੰਗਰੇਟਾ, ਜੋ ਕਿ ਹਮੇਸ਼ਾ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਮਾਜ ਦੇ ਵਿੱਚ ਨਫ਼ਰਤ ਫੈਲਾਉਣ ਵਾਲੇ ਬਿਆਨ ਦਿੰਦਾ ਹੈ, ਅਤੇ ਪਿਛਲੇ ਦਿਨੀ ਪੀਪੀ ਸੁਖਵਿੰਦਰ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹਨ ਅਤੇ ਪੁਲਿਸ ਮਹਿਕਮੇ ਤੋਂ ਰਿਟਾਇਰਡ ਹਨ, ਉਹਨਾਂ ਨੇ ਇੱਕ ਪੋਸਟ ਪਾਈ ਸੀ ਭਾਨਾ ਸਿੱਧੂ ਦੇ ਹੱਕ ਦੇ ਵਿੱਚ। ਇਸ ਪੋਸਟ 'ਤੇ ਇਸ ਗੁਰਿੰਦਰ ਰੰਗਰੇਟੇ ਵੱਲੋਂ ਪੀਪੀ ਸੁਖਵਿੰਦਰ ਦੇ ਪਰਿਵਾਰ ਬਾਰੇ ਅਜਿਹੇ ਗਲਤ ਕਮੈਂਟ ਕੀਤਾ ਗਿਆ ਕਿ ਜਿਸ ਤੋਂ ਬਾਅਦ ਹਰ ਕੋਈ ਕਾਫ਼ੀ ਜ਼ਿਆਦਾ ਗੁੱਸੇ ਦੇ ਵਿੱਚ ਹੈ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਅਤੇ ਇਸ ਗੁਰਿੰਦਰ ਰੰਗਰੇਟੇ ਨੇ ਕਿਸ ਤਰ੍ਹਾਂ ਦੀ ਨਫ਼ਰਤ ਫੈਲਾਉਣ ਵਾਲੀ ਅਤੇ ਸਮਾਜ ਦੇ ਵਿੱਚ ਅਰਾਜਕਤਾ ਫੈਲਾਉਣ ਵਾਲੀਆਂ ਗੱਲਾਂ ਕੀਤੀਆਂ ਹਨ, ਜਿਸ ਤੋਂ ਬਾਅਦ ਕਿ ਇਸ 'ਤੇ ਪੁਲਿਸ ਕਾਰਵਾਈ ਕਰਵਾਉਣ ਦੇ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ, ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਵਿਸ਼ਵਾਸ ਕੀਤਾ ਗਿਆ ਕਿ ਡਾਕਟਰ ਰੰਗਰੇਟੇ 'ਤੇ ਬਣਦੀ ਉਚਿਤ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਡਾਕਟਰ ਰੰਗਰੇਟੇ ਨੂੰ ਕਿਤੇ ਨਾ ਕਿਤੇ ਇਹ ਵਹਿਮ ਸੀ ਕਿ ਉਸ 'ਤੇ ਤਾਂ ਸ਼ਾਇਦ ਕਦੇ ਕੋਈ ਕਾਰਵਾਈ ਹੋਣੀ ਨਹੀਂ ਹੈ, ਸ਼ਾਇਦ ਇਸੇ ਕਰਕੇ ਅਤੇ ਸਿਕਿਉਰਿਟੀ ਲੈਣ ਕਰਕੇ ਹਮੇਸ਼ਾ ਉਹ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਕਰਦਾ ਸੀ। ਪਰ ਦੋਸਤੋ, ਲੁਧਿਆਣਾ ਪੁਲਿਸ ਨੇ ਡਾਕਟਰ ਗੁਰਿੰਦਰ ਰੰਗਰੇਟੇ ਦੇ ਖਿਲਾਫ਼ ਕਾਫ਼ੀ ਸੰਗੀਨ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ, ਅਤੇ ਕਾਨੂੰਨ ਦੇ ਮਹਿਰਾਂ ਤੋਂ ਵੀ ਪਤਾ ਲੱਗਿਆ ਕਿ ਸਾਰੀਆਂ ਧਾਰਾਵਾਂ ਦੇ ਵਿੱਚ ਜ਼ਮਾਨਤ ਵੀ ਨਹੀਂ ਹੋਣੀ ਹੈ, ਅਤੇ ਡਾਕਟਰ ਰੰਗਰੇਟਾ ਦੀ ਚੰਗੀ ਭੁਗਤ ਸਵਾਰੀ ਗਈ ਜਦੋਂ ਉਹ ਥਾਣਾ ਸ਼ਿਮਲਾਪੁਰੀ ਦੇ ਵਿੱਚ ਰਾਤ ਨੂੰ ਅਰੈਸਟ ਕਰਕੇ ਲਿਆਂਦਾ ਗਿਆ, ਅਤੇ ਇਸ ਮੌਕੇ ਇਹ ਵੀ ਬਾਹਰ ਆਇਆ ਕਿ ਰੰਗਰੇਟਾ ਇਸ ਮੌਕੇ ਜੋ ਥਾਣੇ ਦੇ ਵਿੱਚ ਭੈਣਾਂ ਹਨ, ਜੋ ਪੁਲਿਸ ਮਹਿਕਮੇ ਦੇ ਵਿੱਚ ਮੁਲਾਜ਼ਮ ਹਨ, ਉਹਨਾਂ ਨੂੰ ਵੀ ਵੀਰ ਜੀ ਕਹਿ ਕੇ ਹੀ ਬੁਲਾ ਰਿਹਾ ਸੀ, ਇੰਨਾ ਜ਼ਿਆਦਾ ਉਹ ਘਬਰਾਇਆ ਹੋਇਆ ਥਾਣੇ ਦੇ ਵਿੱਚ, ਅਤੇ ਉਸ ਨੂੰ ਬੀਪੀ ਵੀ ਵੱਧ ਗਿਆ। ਆਓ ਸੁਣਦੇ ਦੋਸਤੋ, ਡਾਕਟਰ ਰੰਗਰੇਟਾ ਦੇ ਇਹਨਾਂ ਨਫ਼ਰਤ ਫੈਲਾਉਣ ਵਾਲੇ ਬੋਲਾਂ ਕਰਕੇ ਹਰ ਕੋਈ ਨਾਰਾਜ਼ ਹੈ, ਹਰ ਕੋਈ ਚਾਹੁੰਦਾ ਹੈ ਕਿ ਇਸ 'ਤੇ ਸਖ਼ਤ ਕਾਰਵਾਈ ਹੋਵੇ, ਅਤੇ ਇਸੇ ਤਰ੍ਹਾਂ ਹੀ ਇੱਕ ਸਾਧਵੀ ਵੱਲੋਂ ਵੀ ਡਾਕਟਰ ਰੰਗਰੇਟਾ ਦੇ ਖਿਲਾਫ਼ ਅਤੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਕੁਝ ਬੋਲਿਆ ਗਿਆ। ਆਓ ਤੁਸੀਂ ਉਹ ਵੀ ਵੀਡੀਓ ਦੇਖ ਲਓ, ਅੱਗੇ ਵੀ ਤੁਹਾਡੇ ਲਈ ਕੁਝ ਖਾਸ ਅਪਡੇਟ ਹੈ, ਸੋ ਵੀਡੀਓ ਅਖੀਰ ਤੱਕ ਜ਼ਰੂਰ ਦੇਖਣਾ, ਅਤੇ ਇਸ ਸਾਰੇ ਮਾਮਲੇ ਬਾਰੇ ਆਪਣੀ ਰਾਏ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਡਾਕਟਰ ਰੰਗਰੇਟਾ 'ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਤੁਹਾਨੂੰ ਲੱਗਦਾ ਕਿ ਰੰਗਰੇਟਾ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਕਮੈਂਟਾਂ ਦੇ ਵਿੱਚ ਯੈਸ ਜ਼ਰੂਰ ਟਾਈਪ ਕਰਨਾ। ਪੰਜਾਬ ਖਾਲੀ ਹੋ ਗਿਆ ਭਗਵੰਤ ਮਾਨ, ਜਿਸ ਪੰਜਾਬ ਪੇ ਲੋਕ ਗਰਵ ਕਰਤੇ ਥੇ, ਜਿਸਕੇ ਖਾਣੇ ਪੇ, ਜਿਸਕੀ ਬੋਲੀ ਪੇ, ਜਿਸਕੇ ਪਹਿਨੇ ਪੇ, ਜਿਸਕੇ ਰਹਿਣੇ ਪੇ, ਜਿਸਕੀ ਬੋਲਬਾਣੀ ਪਰ, ਜਿਸਕੀ ਵਿਰਾਸਤ ਪਰ, ਉਸ ਪੰਜਾਬ ਕੋ ਕਿਸ ਸਿਆਸਤ ਕੇ ਮਾਧਿਅਮ ਸੇ ਮਾਰ ਰਹੇ ਹੋ, ਉਸ ਪੰਜਾਬ ਕਾ ਮਤਲਬ ਕੌਨ ਸਾ ਟੈਂਡਰ ਉਠਾ ਲਿਆ ਆਪਣੇ, ਹੈ ਕਿਉਂ ਪੰਜਾਬੀਅਤ ਕੋ ਖਤਮ ਕਰ ਰਹੇ ਹੋ, ਕਿਉਂ ਉਸਕੀ ਮਰਿਆਦਾ ਕੋ ਭੰਗ ਕਰ ਰਹੇ ਹੋ। ਉਹ ਬਾਨਾ ਸਿੱਧੂ, ਉਹ ਲੜਕਾ ਅਗਰ ਕਾਮ ਕਰ ਰਹਾ ਥਾ ਤੁਮੇ ਪਚਾ ਨਹੀਂ, ਹੈ ਕਾਟਾ ਥਾ ਆਪਕੇ ਰਾਸਤੇ ਕਾ, ਹਟਾ ਦਿਆ, ਉਸਕੋ ਭੇਜ ਦਿਆ ਜੇਲ, ਇੱਕ ਮੁਕਦਮਾ ਔਰ ਲਗਾ ਦਿਆ, ਅੱਜ ਉਸਕੀ ਬੇਲ ਹੋ ਗਈ 1 ਮੇ, ਔਰ ਹਮੇ ਵਿਸ਼ਵਾਸ ਹੈ ਮਾਨਯ ਅਦਾਲਤ ਪਰ, ਦੂਸਰੇ ਉਨ ਕੇਸੋ ਮੇ ਬੇਲ ਹੋ ਜਾਏਗੀ। ਔਰ ਸੁਣੀਏ, ਜਿਨਕੀ ਆਵਾਜ਼ੋ ਮੇ ਦਮ ਹੋਤਾ ਹੈ, ਜੋ ਸਰ ਕਟ ਤੋ ਸਕਤੇ ਹੈ, ਜੋ ਝੁਕ ਨਹੀਂ ਸਕਤੇ, ਤੋ ਐਸੇ ਸਰ ਫਿਰ ਉਠੇਂਗੇ। ਦਸ ਬਾਨਾ ਸਿੱਧੂ, 10 ਲੱਖਾਂ ਸਧਾਣਾ, ਦਸ ਦੀਪ ਸਿੱਧੂ ਔਰ ਪੈਦਾ ਹੋ ਜਾਏਗੇ, ਏਕ ਦੋ ਵੋ ਹੈ ਔਰ ਉਸ ਜਾਟੋ ਕੋ ਲੇ ਕੇ, ਸਿੱਖੋ ਕੋ ਲੇ ਕੇ, ਇਤਨੀ ਮਰਿਆਦਾ ਹੀਨ ਕਰਨੇ ਵਾਲੇ, ਮਰਿਆਦਾ ਭੰਗ ਕਰਨੇ ਵਾਲੇ ਬਿਆਨ ਦੇ ਰਹੇ, ਉਨਕੇ ਖਿਲਾਫ਼ ਮੁਕਦਮਾ ਨਹੀਂ ਕਰਤੇ ਤੁਮ? ਉਹ ਜਾਟੋ ਕੇ ਖਿਲਾਫ, ਸਿੱਖੋ ਕੇ ਖਿਲਾਫ, ਜੱਟੋ ਕੇ ਖਿਲਾਫ ਇਤਨਾ ਮਾੜਾ ਬੋਲਤੇ ਹੈ, ਉਨਕੋ ਨਹੀਂ ਜੇਲ ਮੇ ਡਾਲਾ ਆਪਣੇ, ਹੈ ਆਪਣੇ ਕਿਆ ਨਯਾ ਕਰ ਦਿਆ। ਸੋ ਦੋਸਤੋ, ਤੁਹਾਡਾ ਕੀ ਕਹਿਣਾ ਇਸ ਸਾਰੇ ਮਸਲੇ 'ਤੇ, ਉਹ ਤੁਸੀਂ ਕਮੈਂਟਾਂ 'ਚ ਦੱਸ ਦਿਓ, ਅਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਐਲਾਨ ਕਰ ਦਿੱਤਾ ਗਿਆ, ਜਿੱਥੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ 2 ਘੰਟੇ ਦੇ ਲਈ ਟੋਲ ਪਲਾਜ਼ੇ ਬੰਦ ਕਰਨ ਦੇ ਲਈ ਕਿਹਾ ਗਿਆ। ਕੀ ਕਹਿਣਾ ਚਾਹੋਗੇ ਇਸ ਫੈਸਲੇ ਬਾਰੇ, ਉਹ ਵੀ ਜ਼ਰੂਰ ਦੱਸਿਓ।
ਹਾਂ ਜੀ ਦੋਸਤੋ, ਮੈਂ ਬਲਦੇਵ ਸਿੰਘ ਜੀਰਾ, ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ। ਤੁਸੀਂ ਸਾਰੇ ਮਸਲੇ ਨਾਲ ਜੁੜੇ ਹੀ ਹੋ, ਭਾਨਿਆਂ ਸਿੱਧੂ ਨੂੰ 10,000 ਰੁਪਈਆ ਲੈਣ ਦੇ ਤਹਿਤ ਪਹਿਲਾਂ ਗ੍ਰਿਫਤਾਰ ਕੀਤਾ, ਕੱਲ੍ਹ ਉਹਦੀ ਜੋ ਜ਼ਮਾਨਤ ਹੋਣ ਲੱਗੀ ਆ, ਉਸ ਤੋਂ ਬਾਅਦ ਉਹ ਚੈਨੀ ਖੂਨ ਦਾ ਇੱਕ ਕੇਸ ਪਾ ਕੇ 3 ਦਿਨਾਂ ਦਾ ਰਿਮਾਂਡ ਉਹਦਾ ਫੇਰ ਦੇਤਾ। ਪਹਿਲਾਂ ਵੀ ਉਹ 3 ਤਸ਼ੱਦਦ ਕੀਤਾ ਗਿਆ, ਜਲੀਲ ਕੀਤਾ ਗਿਆ ਉਹਨੂੰ, ਅਤੇ ਹੁਣ ਫਿਰ ਉਸੇ ਰਿਮਾਂਡਾਂ ਦੇ ਚੱਕਰ ਦੇ ਵਿੱਚ ਪਾ ਕੇ। ਅਸਲ ਵਿੱਚ ਜਿਹੜੇ ਬੰਦੇ ਕੁਛ ਬੋਲਦੇ ਆ ਸਰਕਾਰ ਦੇ ਉਲਟ ਬੋਲਦੇ ਆ, ਆਪਾਂ ਜਾਣਦੇ ਹਾਂ ਵੀ ਭਾਨੇ ਨੇ ਪਿਛਲੇ ਦਿਨਾਂ ਦੇ ਵਿੱਚ ਠੱਗ ਏਜੰਟਾਂ ਤੋਂ ਪੈਸੇ ਵਾਪਸ ਕਰਾਏ ਆ ਲੋਕਾਂ ਦੇ। ਸੋ ਚਾਹੀਦਾ ਤਾਂ ਇਹ ਸੀਗਾ ਵੀ ਜਿਹੜੇ ਸਰਕਾਰ ਦੇ ਕਰਨ ਵਾਲੇ ਕੰਮ ਆ, ਪੁਲਿਸ ਦੇ ਕਰਨ ਵਾਲੇ ਕੰਮ ਆ, ਉਹ ਭਾਨਾ ਕਰ ਰਿਹਾ ਵਾ ਇਹੋ ਜਿਹੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ, ਉਹਨਾਂ ਨੂੰ ਇਸ ਤਰ੍ਹਾਂ ਜਵਾਨਬੰਦੀ ਕਰਨੀ, ਇੰਟੈਰੋਗੇਟ ਸੈਂਟਰਾਂ ਦੇ ਵਿੱਚ ਸਿੱਟਣਾ। ਸੋ ਇਹ ਇੱਕ ਚੀਜ਼ ਨੂੰ ਸਾਫ਼ ਕਰਦਾ ਵਾ ਵੀ ਠੱਗ ਟੋਲਾ ਅਤੇ ਸਰਕਾਰ ਜਿਹੜੀ ਆਪਾਂ ਕਹਿੰਦੇ ਰਲ ਕੇ ਚੱਲਦੇ ਆ, ਇਹਨਾਂ ਦੇ ਸਰਕਾਰਾਂ 'ਚ ਹੱਥ ਹੁੰਦੇ ਆ, ਆਮ ਲੋਕਾਂ ਨਾਲ ਠੱਗੀਆਂ ਮਾਰਦੇ, ਰਲ ਮਿਲ ਕੇ ਮਾਰਦੇ ਆ। ਸੋ ਇੱਕ ਤਾਂ ਇਹ ਇਸ ਗੱਲ 'ਤੇ ਮੋਹਰ ਲੱਗੀ ਆ, ਦੂਸਰੀ ਗੱਲ ਇਹ ਵੀ ਕਿ ਹੁਣ ਜੋ ਭਾਨੇ ਨਾਲ ਹੋ ਰਿਹਾ ਉਹਨੂੰ ਚੁੱਪ ਕਰਕੇ ਦੇਖੀਏ ਜਾਂ ਉਹਦੇ ਵਿਰੁੱਧ ਉਹਦਾ ਵਿਰੋਧ ਕਰੀਏ। ਸੋ ਅੱਜ ਪੰਜਾਬ ਦੀਆਂ 6 ਜਥੇਬੰਦੀਆਂ, ਜਿਨ੍ਹਾਂ 'ਚ ਭਾਰਤੀ ਕਿਸਾਨ ਯੂ ਕ੍ਰਾਂਤੀਕਾਰੀ, BKU ਬ੍ਰਹਮ ਕੇ, ਆਜ਼ਾਦ ਕਿਸਾਨ ਕਮੇਟੀ ਦੁਆਬਾ, ਕਿਸਾਨ ਮਜ਼ਦੂਰ ਮੋਰਚਾ, BKU ਪਟੇੜੀ, ਦਸ਼ਮੇਸ਼ ਕਿਸਾਨ ਯੂਨੀਅਨ, ਇਹਨਾਂ 6 ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਕੱਲ੍ਹ ਨੂੰ 12 ਤੋਂ 2 ਵਜੇ ਤੱਕ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਟੂਲ ਪਲਾਜ਼ੇ ਜਿਹੜੇ ਆ ਉਹ ਜਾਮ ਕੀਤੇ ਜਾਣਗੇ, ਜਾਮ ਨਾ ਕਹੋ ਫਰੀ ਕੀਤੇ ਜਾਣਗੇ, ਟੂਲ ਪਲਾਜ਼ੇ ਫਰੀ ਕੀਤੇ ਜਾਣਗੇ 12 ਤੋਂ 2 ਕੱਲ੍ਹ ਨੂੰ। ਸੋ ਸਾਰਿਆਂ ਲੋਕਾਂ ਨੂੰ, ਆਮ ਭਰਾਵਾਂ ਨੂੰ ਬੇਨਤੀ ਆ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਜੇ ਅਸੀਂ ਨਹੀਂ ਬੋਲੇ, ਅਤੇ ਇਹ ਜਿਹੜਾ ਧੱਕਾ ਵਾ ਇਹਦਾ ਜਿਹੜਾ ਚੱਕਰ ਚੱਲ ਰਿਹਾ ਵਾ, ਜਵਾਨਬੰਦੀ ਕਰਾਉਣ ਦਾ ਚੱਕਰ ਚੱਲ ਰਿਹਾ, ਇਹ ਕਿਸੇ 'ਤੇ ਵੀ ਪੈ ਸਕਦਾ ਵਾ। ਸੋ ਇਸ ਕਰਕੇ ਕੱਲ੍ਹ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੱਲ੍ਹ ਨੂੰ 12 ਤੋਂ 2 ਟੂਲ ਪਲਾਜ਼ੇ 'ਤੇ ਪਹੁੰਚੋ, ਅਤੇ 29 ਤਰੀਕ ਨੂੰ ਜਿਹੜਾ ਭਾਨੇ ਸਿੱਧੂ ਦੇ ਪਿੰਡ ਇਕੱਠ ਹੋ ਰਿਹਾ ਵਾ, ਉਹਦੇ 'ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਧ ਤੋਂ ਵੱਧ ਸ਼ਮੂਲੀਅਤ ਕਰੂਗੀ ਅਤੇ ਉਹਦਾ ਸਮਰਥਨ ਕਰੂਗੀ। ਸੋ ਕੱਲ੍ਹ ਨੂੰ ਮਿਲਦੇ ਹਾਂ ਸਾਰੇ 12 ਤੋਂ 2 ਟੂਲ ਪਲਾਜ਼ਿਆਂ 'ਤੇ। ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਵੀ ਨਿੱਜਵਾਦ ਤੋਂ ਉੱਤੇ ਉੱਠ ਕੇ, ਪਾਰਟੀ ਵਾਈਜ਼ ਤੋਂ ਉੱਤੇ ਉੱਠ ਕੇ ਸਾਰੇ ਭਰਾ ਨੇੜਲੇ ਟੂਲ ਪਲਾਜ਼ਿਆਂ 'ਤੇ ਜ਼ਰੂਰ ਪਹੁੰਚਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਲੱਖਾ ਸਦਾਣਾ ਇਸ ਮੌਕੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ, ਜਿਸ ਦੇ ਤਹਿਤ ਉਹ ਪਿੰਡ ਪਿੰਡ ਘੁੰਮ ਰਹੇ ਨੇ, ਲੋਕਾਂ ਨੂੰ ਜਾਗਰੂਕ ਕਰ ਰਹੇ ਨੇ, ਅਤੇ ਉਹਨਾਂ ਦਾ ਇਹ ਵੀ ਦੋਸ਼ ਹੈ ਕਿ ਇਸ ਯਾਤਰਾ ਤੋਂ ਘਬਰਾ ਕੇ ਸਰਕਾਰ ਵੱਲੋਂ ਭਾਨਾ ਸਿੱਧੂ 'ਤੇ ਉਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਇੱਕ ਪਿੰਡ ਦੇ ਵਿੱਚ ਜਦੋਂ ਲੱਖਾ ਸਦਾਣਾ ਪਹੁੰਚੇ ਤਾਂ ਉਹਨਾਂ ਨੂੰ ਇੱਕ ਮਾਤਾ ਨੇ ਰੋਕ ਲਿਆ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਉਸ ਤੋਂ ਬਾਅਦ ਮਾਤਾ ਵੱਲੋਂ ਕੀ ਕਿਹਾ ਗਿਆ, ਕਿਹੜੇ ਬੋਲ ਸਨ, ਆਓ ਤੁਸੀਂ ਵੀ ਸੁਣੋ। ਕਿਸੇ ਦੀ ਖਾਤਰ ਬੋਲਣਾ ਬੇਟਾ ਬਹੁਤ ਔਖਾ ਗਾ, ਕੌਣ ਦਿਲ ਲਿਆਊਗਾ ਏਡਾ। ਬੋਲੇ ਸੋਨਿਆ, ਪੁੱਤ ਮੇਰਾ ਪੈਰ ਦੁਖਦਾ, ਮੈਂ ਤਾਂ ਐਵੇਂ ਜਿਵੇਂ ਭੱਜੀ ਭੱਜੀ ਆਈ ਆ ਤੇਰੀ ਆਵਾਜ਼ ਸੁਣ ਕੇ। ਹਾਂ, ਜਿਉਂਦਾ ਬਹਾਦਰ ਹੈ ਪੁੱਤ, ਮਹਾਰਾਜ ਤੁਹਾਨੂੰ ਰਾਜੀ ਖੁਸ਼ੀ ਰੱਖੇ। ਕਿਸੇ ਦੀ ਖਾਤਰ ਬੋਲਣਾ ਬੇਟਾ ਬਹੁਤ ਔਖਾ ਗਾ, ਕੌਣ ਦਿਲ ਲਿਆਊਗਾ ਏਡਾ। ਬੋਲੇ ਸੋਨਿਆ, ਪੁੱਤ ਮੇਰਾ ਪੈਰ ਦੁਖਦਾ, ਮੈਂ ਤਾਂ ਐਵੇਂ ਜਿਵੇਂ ਭੱਜੀ ਭੱਜੀ ਆਈ ਆ ਤੇਰੀ ਆਵਾਜ਼ ਸੁਣ ਕੇ। ਹਾਂ, ਜਿਉਂਦਾ ਬਹਾਦਰ ਹੈ ਪੁੱਤ, ਮਹਾਰਾਜ ਤੁਹਾਨੂੰ ਰਾਜੀ ਖੁਸ਼ੀ ਰੱਖੇ।